ਤੇ ਹੁਣ ਜਾਣਾ ਤਾਂ ਡੇਲੀ ਪਿਆ ਕਰਨਾ, ਤੁਹਾਨੂੰ ਵੀ ਜਾਣਾ ਪਿਆ ਕਰਨਾ, ਸਾਨੂੰ ਵੀ। ਹਾਂਜੀ ਤੇ ਤੁਸੀਂ ਵੇਖ ਲਓ ਜੇ ਤੇ ਤੁਹਾਡਾ ਟਾਈਮ ਸਾਡੇ ਨਾਲ ਸੈੱਟ ਹੁੰਦਾ, ਜੋ ਤੁਹਾਨੂੰ ਪਤਾ ਸਾਡੇ ਤਿੰਨਾਂ 'ਚੋਂ ਕਿਸੇ ਨਾ ਕਿਸੇ ਨੂੰ ਤਾਂ ਜਾਣਾ ਹੀ ਪੈਂਦਾ ਸ਼ਾਇਦ। ਹਾਂਜੀ ਹਾਂਜੀ ਜੇ ਤੁਹਾਡਾ ਸਾਡੇ ਨਾਲ ਟਾਈਮ ਸੈੱਟ ਹੁੰਦਾ ਨਾ ਤੇ ਅਸੀਂ ਤੁਹਾਨੂੰ ਲੈ ਜਾਇਆ ਕਰਾਂਗੇ ਤੇ ਲਿਆਈ ਆਇਆ ਕਰਾਂਗੇ ਨਾਲ। ਤੇ ਜੇ ਨਹੀਂ ਤੇ ਤੁਸੀਂ ਆਪਣਾ ਸਾਧਨ ਕੋਲ ਵੇਖ ਲਓ ਜਾਂ ਗੱਡੀ ਸਿੱਖ ਲਓ, ਫਿਰ ਗੱਡੀ ਨਵੀਂ ਲਓ। ਵੀ ਜੇ ਕਿਤੇ ਮੰਮੀ ਹੋਣਾ ਨੇ ਜਾਂ ਭਾਬੀ ਨੇ ਜਾਣਾ ਹੋਊਗਾ ਨਾ ਤੇ ਜੋਤ ਆਪੇ ਲਿਆ ਜਾ ਕਰੋਗੇ ਫਿਰ। ਚਲੋ ਕੋਈ ਗੱਲ ਨਹੀਂ, ਵੇਖ ਲੈ ਡੈਡੀ ਨਾਲ ਸਲਾਹ ਕਰਕੇ। ਹੁਣ 35-40 ਹਜ਼ਾਰ ਉਹਦੀ ਤਨਖਾਹ ਲੱਗਣੀ ਆ, ਉਹਨੇ ਪਿੱਛੇ ਥੋੜ੍ਹੀ ਦੇ ਆਉਣੀ, ਇੱਥੇ ਲਿਆਉਣੀ ਆ। ਤੇ ਹਾਲੇ ਆਊਗੀ ਤਾਂ ਪਤਾ ਲੱਗੂਗੀ ਵੀ ਹੈਗੀ ਵੀ ਇੰਨੀ ਕਿ ਨਹੀਂ ਹੈਗੀ। ਚੱਲ ਰਮਨ, ਉਹਨਾਂ ਨੂੰ ਨਾ ਗੱਡੀ ਦੀ ਬੁਕਿੰਗ ਕਰਾਈ ਹੋਣੀ ਉਹਨਾਂ ਨੇ, ਤੇ ਚੱਲ ਜਿੱਦਣ ਲੈ ਕੇ ਆਉਂਦੇ ਆ ਨਾ ਤੇ ਫਿਰ ਅਸੀਂ ਜਾ ਕੇ ਨਾਲੇ ਵਧਾਈ ਵਧੂਈ ਦੇਵਾਂਗੇ, ਨਾਲੇ ਮਿਲ ਗਲਾਵਾਂਗੇ। ਆਹੋ ਕੋਈ ਨਹੀਂ, ਮੈਂ ਜੋਤ ਨੂੰ ਕਹਿ ਦੇਵਾਂਗੀ ਵੀ ਜਿੱਦਣ ਗੱਡੀ ਆਊਗੀ ਤੇ ਮੈਨੂੰ ਦੱਸ ਦੀ। ਵੀ ਗੱਡੀਆਂ ਹੁਣ ਦੋ ਆ ਘਰ ਤੇ ਜਾਣੇ ਅਸੀਂ ਤਿੰਨ ਵਾ ਚਲਾਉਣ ਵਾਲੇ, ਤੇ ਆਪਾਂ ਇੱਦਾਂ ਕਰੀਏ ਇੱਕ ਗੱਡੀ ਲੈ ਲਈਏ। ਹਰਪਿੰਦਰ ਨੂੰ ਲਿਆ ਜੀ। ਹਾਂਜੀ ਤੇ ਚਾਰੇ ਜਾਣੇ ਜਾ ਕੇ ਨਾ ਜੋਤ ਵੀ ਚੱਲ ਜੂਗੀ। ਹਾਂਜੀ ਤੇ ਗੱਡੀ ਕੋ ਪਸੰਦ ਕਰੋ, ਉਹਨੂੰ ਗੱਡੀ ਲੈ ਕੇ ਦੇਈਏ ਇੱਕ। ਕੋਈ ਨਹੀਂ ਉਹ ਜਾਂਦੇ ਆ ਨਾ ਤੇ ਉਹਨਾਂ ਨੂੰ ਜਾਣ ਦਿਓ, ਮੈਂ ਤੇ ਨੀਜੇ ਜਾਣਾ ਸਿੱਧੀ ਨਾ ਜੀ। ਓਹੋ ਜੋਬਨ ਨੇ ਕਿਹਾ ਹੁੰਦਾ ਤੇ ਗੱਲ ਹੋ ਰਹੀ ਸੀ।